ਜਲੰਧਰ ਰੇਲਵੇ ਸਟੇਸ਼ਨ ਤੋਂ ਲਗਭਗ 1 ਕਿਲੋਮੀਟਰ ਦੂਰੀ ਤੋਂ ਦੁਆਬਾ ਚੌਂਕ ਤੋਂ ਜਦੋਂ ਸੋਡਲ ਚੌਂਕ ਵੱਲ ਜਾਂਦੇ ਹਾਂ ਤਾਂ ਸੋਡਲ ਚੌਂਕ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਇਤਿਹਾਸਕ ਮੰਦਿਰ ਦਾ ਗੇਟ ਨਜ਼ਰ ਆਉਂਦਾ ਹੈ ਜਿਸ ਦਾ ਨਾਮ ਹੈ ਸ਼੍ਰੀ ਸਿੱਧ ਬਾਬਾ ਸੋਡਲ ਮੰਦਿਰ। ਜਲੰਧਰ ਦੇ ਬੱਸ ਸਟੈਂਡ ਤੋਂ ਮੰਦਿਰ ਦੀ ਦੂਰੀ ਕੋਈ 6 ਕਿਲੋਮੀਟਰ ਦੀ ਹੈ। ਸ਼ਹਿਰਾਂ ਵਿੱਚੋਂ ਸ਼ਹਿਰ ਮੇਰਾ ਸੋਹਣਾ ਸ਼ਹਿਰ ਜਲੰਧਰ ਜੋ ਵਸਦਾ ਹੈ ਸਭਨਾ ਦੇ ਦਿਲਾਂ ਦੇ ਅੰਦਰ। ਜਲੰਧਰ ਡਾਇਰੀ ਵਿੱਚ ਸਵਾਗਤ ਹੈ ਤੁਹਾਡਾ। ਦੁਆਬੇ ਦਾ ਇਹ ਸ਼ਹਿਰ ਜਲੰਧਰ ਜਿੰਨਾ ਪੁਰਾਣਾ ਹੈ ਓਨੇ ਹੀ ਪੁਰਾਣੇ ਇੱਥੇ ਦੇ ਗੁਰੂ ਘਰ ਮੰਦਿਰ ਅਤੇ ਮਸੀਤਾਂ ਹਨ। ਇਹਨਾਂ ਧਾਰਮਿਕ ਸਥਾਨਾਂ ਦੇ ਨਾਲ ਲੋਕਾਂ ਦੀ ਆਪੋ ਆਪਣੀ ਸ਼ਰਧਾ ਜੁੜੀ ਹੋਈ ਹੈ। ਸੋ ਅੱਜ ਤੁਸੀਂ ਜਲੰਧਰ ਡਾਇਰੀ ਦੇ ਪੰਨੇ ਵਿੱਚ ਦਰਸ਼ਨ ਕਰੋਗੇ ਸ਼੍ਰੀ ਸਿੱਧ ਬਾਬਾ ਸੋਡਲ ਮੰਦਿਰ ਜੀ ਦੇ। ਬਾਬਾ ਜੀ ਦੇ ਮੰਦਿਰ ਦੇ ਦਰਵਾਜ਼ੇ ਰੋਜ਼ਾਨਾ ਸਵੇਰੇ 5 ਵਜੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਂਦੇ ਨੇ। ਤੇ ਸ਼ਰਧਾਲੂ ਇੱਥੇ ਆ ਕੇ ਬਾਬਾ ਜੀ ਦੀ ਆਰਤੀ ਦੇ ਦਰਸ਼ਨ ਕਰਕੇ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਨੇ। ਕਹਿੰਦੇ ਨੇ ਇਸ ਮੰਦਿਰ ਨਾਲ ਕਈ ਦੰਤ ਕਥਾਵਾਂ ਜੁੜੀਆਂ ਹਨ ਅਤੇ ਇਸ ਮੰਦਿਰ ਦਾ ਸੰਬੰਧ ਚੱਡਾ ਪਰਿਵਾਰ ਨਾਲ ਹੈ। ਇਹ ਸ਼੍ਰੀ ਸਿੱਧ ਬਾਬਾ ਸੋਡਲ ਦਾ ਦਿਵਯ ਸਥਾਨ ਜਲੰਧਰ ਸ਼ਹਿਰ ਮੈਂ ਬਾਬਾ ਸੋਡਲ ਜੀ ਕਾ ਜੋ ਜਨਮ ਹੁਆ ਥਾ ਉਹ ਚੱਡਾ ਵੰਸ਼ਜ ਮੈਂ ਹੁਆ ਥਾ। ਜਿਸ ਪ੍ਰਕਾਰ ਸੇ ਭਗਵਾਨ ਰਾਮ ਕਾ ਛੱਤਰੀ ਕੁਲ ਮੈਂ ਅਵਤਰਣ ਹੁਆ, ਭਗਵਾਨ ਕ੍ਰਿਸ਼ਨ ਕਾ ਯਦਵੰਸ਼ ਮੈਂ ਅਵਤਰਣ ਹੁਆ, ਉਸੀ ਪ੍ਰਕਾਰ ਬਾਬਾ ਸੋਡਲ ਕਾ ਚੱਡਾ ਪਰਿਵਾਰ ਮੈਂ ਪ੍ਰਾਦੁਰਭਾਵ ਹੁਆ। ਬਾਬਾ ਸੋਡਲ ਬਾਲ ਰੂਪ ਮੈਂ 5 ਵਰਸ਼ ਕੀ ਉਮਰ ਮੈਂ ਇਹਨੇ ਆਪਣਾ ਮਾਨਵੀ ਸਰੀਰ ਜਲ ਮੇ ਸਮਾਹਿਤ ਕਰ ਦਿਆ ਔਰ ਜਲ ਮੇ ਸ਼ੇਸ ਨਾਗ ਕੇ ਦੁਆਰਾ ਸਭੀ ਕੋ ਦਰਸ਼ਨ ਦੇ ਕਰਕੇ ਕਰਤਾਰਥ ਕੀਆ। ਗ੍ਰੰਥਾਂ ਦੇ ਵਿੱਚ ਵੀ ਭਗਵਾਨ ਵਿਸ਼ਨੂੰ ਦੇ ਸ਼ੇਸ਼ ਨਾਗ ਦਾ ਨਾਮ ਅਨੰਤ ਨਾਮ ਤੋਂ ਜਾਣਿਆ ਜਾਂਦਾ ਹੈ ਅਤੇ ਬਾਬਾ ਸੋਡਲ ਵੀ ਉਸੇ ਨਾਮ ਤੋਂ ਜਾਣੇ ਜਾਂਦੇ ਨੇ। ਮੰਦਰ ਵਿੱਚ ਹਰ ਰੋਜ਼ ਹਰੇਕ ਧਰਮ ਤੇ ਜਾਤੀ ਦੇ ਲੋਕ ਰੋਜ਼ਾਨਾ ਇੱਥੇ ਮੱਥਾ ਟੇਕਣ ਆਉਂਦੇ ਨੇ। ਮੈਂ ਇਹ ਮੰਦਰ ਦੇ ਵਿੱਚ ਘੱਟੋ ਘੱਟ ਨਹੀਂ 35 ਸਾਲ ਹੋ ਗਏ ਲਗਾਤਾਰ ਇੱਥੇ ਆ ਰਿਹਾ ਵਾਂ ਬਾਬਾ ਜੀ ਦੇ ਚਰਨਾਂ ਦੇ ਵਿੱਚ। ਪਹਿਲਾਂ ਮੇਰੇ ਮਾਤਾ ਪਿਤਾ ਮੈਨੂੰ ਇੱਥੇ ਲੈ ਕੇ ਆਉਂਦੇ ਸੀ, ਹੁਣ ਮੈਂ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਉਂਦਾ ਕਿ ਇਹ ਬਾਬਾ ਜੀ ਦੀ ਥਾਂ ਤੋਂ ਬਹੁਤ ਕੁਛ ਪ੍ਰਾਪਤ ਹੋਇਆ ਵਾ। ਹਰ ਸਾਲ ਇਸ ਮੰਦਰ 'ਚ ਲਗਾਇਆ ਜਾਂਦਾ ਮੇਲਾ ਸ਼ਰਧਾਲੂਆਂ ਦੇ ਲਈ ਭਾਰੀ ਖਿੱਚ ਰੱਖਦਾ ਹੈ। ਬਾਬਾ ਜੀ ਦੇ ਅਨੰਤ 14 ਦੇ ਦਿਨ ਪ੍ਰਗਟ ਹੋਣ ਦੇ ਸੰਬੰਧ 'ਚ ਲੱਗਦੇ ਇਸ ਭਾਰੀ ਮੇਲੇ 'ਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਨੇ। ਕਈ ਵਰਸ਼ੋਂ ਸੇ ਸਦੀਓਂ ਸੇ ਬਾਬਾ ਜੀ ਕਾ ਅਨੰਤ ਚੌਦਸ ਕੋ ਬਹੁਤ ਭਵਯ ਮੇਲਾ ਲਗਤਾ ਹੈ। ਇਸ ਬਾਰ ਮਹਾਮਾਰੀ COVID-19 ਕੇ ਕਾਰਨ ਹਰ ਵਿਵਸਥਾ ਕੋ ਧਿਆਨ ਮੇਂ ਰੱਖਤੇ ਹੋਏ ਬੜੇ ਅਦਭੁਤ ਢੰਗ ਸੇ ਮੇਲਾ ਮਨਾਇਆ ਗਿਆ ਔਰ ਹਰ ਵਰਸ਼ ਇਹ ਇਸੀ ਪ੍ਰਕਾਰ ਮਨਾਇਆ ਜਾਏਗਾ। ਮੰਦਰ ਨਾਲ ਇੱਕ ਆਸਥਾ ਇਹ ਵੀ ਜੁੜੀ ਹੋਈ ਹੈ ਕਿ ਜਿਸ ਵੀ ਸ਼ਰਧਾਲੂ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਜਾਂ ਜਿਨ੍ਹਾਂ ਨੂੰ ਔਲਾਦ ਦਾ ਸੁੱਖ ਪ੍ਰਾਪਤ ਹੁੰਦਾ ਹੈ ਉਹ ਇਸ ਮੇਲੇ ਵਿੱਚ ਢੋਲ ਅਤੇ ਬਾਜਿਆਂ ਦੇ ਨਾਲ ਪੂਰੇ ਪਰਿਵਾਰ ਨਾਲ ਮੱਥਾ ਟੇਕਣ ਆਉਂਦੇ ਨੇ। ਸਾਡੀਆਂ 2 ਜਾਂ 3 ਪੀੜ੍ਹੀਆਂ ਹੋ ਗਈਆਂ ਇੱਥੇ, ਮਤਲਬ ਕਿ ਇੱਦਾਂ ਹੀ ਅਸੀਂ ਕਰੀ ਜਾਂਦੇ। ਪ੍ਰਸ਼ਾਦ ਚੜ੍ਹਦਾ ਬਾਬਾ ਜੀ, ਮਾਨਤਾ ਬਹੁਤ ਆ ਵਰਲਡ ਲੈਵਲ 'ਤੇ, ਤਾਂ ਮਤਲਬ ਬੰਦੇ ਆਉਂਦੇ ਆ ਬਦਾਨੇ ਦਾ ਪ੍ਰਸ਼ਾਦ ਜਾਂ ਮੱਠੀਆਂ ਦਾ ਪ੍ਰਸ਼ਾਦ, ਬਾਕੀ ਮਿੱਠਾ ਚੜ੍ਹਦਾ ਨਮਕੀਨ ਨਹੀਂ ਚੜ੍ਹਦਾ ਇੱਥੇ ਬਸ। ਸ਼ਾਮ ਵੇਲੇ ਢਲਦੇ ਹੋਏ ਸੂਰਜ ਦੀਆਂ ਕਿਰਨਾਂ ਮੰਦਰ ਦੇ ਵਿਹੜੇ ਵਿੱਚ ਜਦੋਂ ਪੈਂਦੀਆਂ ਨੇ ਤਾਂ ਸ਼ਰਧਾਲੂਆਂ ਦੀਆਂ ਤਾੜੀਆਂ, ਮੰਦਰ ਦੀਆਂ ਘੰਟੀਆਂ ਅਤੇ ਜਗਦੀਆਂ ਹੋਈਆਂ ਜੋਤਾਂ ਇਹ ਦੱਸਦੀਆਂ ਹਨ ਕਿ ਸ਼ਾਮ ਦੀ ਆਰਤੀ ਸ਼ੁਰੂ ਹੋ ਚੁੱਕੀ ਹੈ। ਸੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੇ ਜਲੰਧਰ ਡਾਇਰੀ ਦੇ ਇਸ ਪੰਨੇ ਵਿੱਚ ਜ਼ਰੂਰ ਕੁਝ ਨਵਾਂ ਜਾਣਨ ਨੂੰ ਮਿਲਿਆ ਹੋਵੇਗਾ। ਅਗਲੀ ਵਾਰ ਫਿਰ ਮਿਲਦੇ ਹਾਂ ਜਲੰਧਰ ਡਾਇਰੀ ਦੇ ਇੱਕ ਹੋਰ ਪੰਨੇ ਦੇ ਨਾਲ।